ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਅਤੇ ਇਸ ਵੀਡੀਓ ਵਿੱਚ ਆਪਾਂ ਅੱਜ ਦੁਪਹਿਰ ਤੋਂ ਲੈ ਕੇ ਸ਼ਾਮ ਤੱਕ ਦੇ ਮੌਸਮ ਦੀ ਤਾਜ਼ਾ ਅਪਡੇਟ ਲੈ ਕੇ ਹਾਜ਼ਰ ਹੋਏ ਹਾਂ ਕਿ ਆਉਣ ਵਾਲੇ ਘੰਟਿਆਂ ਵਿੱਚ ਪੰਜਾਬ ਦੇ ਕਿਹੜੇ ਇਲਾਕਿਆਂ ਵਿੱਚ ਹਲਚਲ ਹੋਣ ਦੀ ਸੰਭਾਵਨਾ ਆ, ਇਹਦੇ ਬਾਰੇ ਆਪਾਂ ਵਿਸਤਾਰ ਨਾਲ ਜਾਣਕਾਰੀ ਸਾਂਝੀ ਕਰਾਂਗੇ। ਅਤੇ ਇਸ ਸਮੇਂ ਦੇਖੀਏ ਤਾਂ ਪੰਜਾਬ ਦੇ ਜ਼ਿਆਦਾਤਰ ਇਲਾਕਿਆਂ ਵਿੱਚ ਹਲਕੀ ਟੁੱਟਵੀਂ ਬੱਦਲਬਾਜ਼ੀ ਅਤੇ ਧੁੱਪ ਛਾਂ ਦਾ ਜਿਹੜਾ ਮਾਹੌਲ ਆ ਦੇਖਣ ਨੂੰ ਮਿਲ ਰਿਹਾ ਆ। ਕੁਝ ਕੁ ਇਲਾਕਿਆਂ ਵਿੱਚ ਹਲਕੀ ਫੁਲਕੀ ਕਿਣ ਮਿਣ ਵੀ ਆਪਾਂ ਨੂੰ ਦੇਖਣ ਨੂੰ ਮਿਲ ਰਹੀ ਆ। ਅਤੇ ਇਹ ਜਿਹੜਾ ਮਾਹੌਲ ਆ ਸ਼ਾਮ ਸਮੇਂ ਤੱਕ ਇਸੇ ਤਰ੍ਹਾਂ ਦਾ ਬਣਿਆ ਰਹੇਗਾ, ਪਰ ਸ਼ਾਮ 6-7 ਵਜੇ ਤੋਂ ਬਾਅਦ ਪੰਜਾਬ ਦੇ ਜਿਹੜੇ ਦੱਖਣੀ ਇਲਾਕੇ ਨੇ ਇਹਨਾਂ ਵਿੱਚ ਚੰਗਾ ਮੀਂਹ ਜਿਹੜਾ ਆਪਾਂ ਨੂੰ ਦੇਖਣ ਨੂੰ ਮਿਲੇਗਾ। ਜਿਵੇਂ ਜ਼ਿਲ੍ਹਿਆਂ ਦੀ ਗੱਲ ਕਰ ਲਈਏ ਤਾਂ ਫਾਜ਼ਿਲਕਾ ਹੋ ਗਿਆ, ਫਰੀਦਕੋਟ, ਮੋਗਾ, ਮਾਨਸਾ, ਮੁਕਤਸਰ, ਬਠਿੰਡਾ, ਸੰਗਰੂਰ, ਬਰਨਾਲਾ ਅਤੇ ਇਹਨਾਂ ਜ਼ਿਲ੍ਹਿਆਂ ਦੇ ਨਾਲ ਲੱਗਦੇ ਜਿਹੜੇ ਇਲਾਕੇ ਨੇ ਇਹਨਾਂ ਵਿੱਚ ਆਪਾਂ ਨੂੰ ਚੰਗਾ ਦਰਮਿਆਨੇ ਤੋਂ ਜਿਹੜਾ ਭਾਰੀ ਮੀਂਹ ਆ ਦੇਖਣ ਨੂੰ ਮਿਲੇਗਾ। ਬਾਕੀ ਓਵਰਆਲ ਗੱਲ ਕਰੀਏ ਤਾਂ ਲਗਭਗ ਸਾਰੇ ਹੀ ਪੰਜਾਬ ਅੰਦਰ ਬੂੰਦਾਬਾਂਦੀ ਅਤੇ ਕੁਝ ਇਲਾਕਿਆਂ ਵਿੱਚ ਹਲਕੀ ਜਿਹੜੀ ਧੁੱਪ ਆ ਦੇਖਣ ਨੂੰ ਮਿਲਦੀ ਰਹੇਗੀ। ਹਵਾਵਾਂ ਜਿਹੜੀਆਂ ਨੇ ਉਹ ਲਗਾਤਾਰ ਪੂਰਵ ਦਿਸ਼ਾ ਤੋਂ ਹੀ ਚੱਲਦੀਆਂ ਰਹਿਣਗੀਆਂ। ਬਾਕੀ ਜਿਵੇਂ ਹੀ ਕੋਈ ਮੌਸਮ ਵਿੱਚ ਅਪਡੇਟ ਆਉਂਦੀ ਆ ਤਾਂ ਉਸ ਦੀ ਜਾਣਕਾਰੀ ਵੀ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ। ਧੰਨਵਾਦ।